श्री गुरु नानक देव जी ते भाई मरदाना वख-वख थावां ते वख-वख धर्म दे लोकां दा उदार करदे होए बनारस विखे पहुंचे, जिस नूं हिंदू धर्म विच काशी अर्थात विद्या दा केंद्र भी मन्या जांदा है। जदों गुरु जी बनारस विखे पहुंचे तां उत्थे उन्हां ने एक मशहूर चौंक विच अपना डेरा लगा लिया ते उस वेले तन तन श्री गुरु नानक देव जी दा जिहड़ा लिबास हुंदा सी ਉਹ ਬੜਾ ਹੀ ਆਮ ਜਿਹਾ ਹੁੰਦਾ ਸੀ, ਜਿਸ ਨੂੰ ਦੇਖ ਕੇ ਇਹ ਵੀ ਨਹੀਂ ਪਤਾ ਲੱਗਦਾ ਸੀ ਕਿ ਇਹ ਕਿਸ ਧਰਮ ਨਾਲ ਸੰਬੰਧ ਰੱਖਦੇ ਹਨ, ਕਿਉਂਕਿ ਆਪਣੇ ਲਿਬਾਸ ਤੋਂ ਨਾ ਤਾਂ ਉਹ ਹਿੰਦੂ ਲੱਗਦੇ ਸਨ ਅਤੇ ਨਾ ਹੀ ਉਹ ਮੁਸਲਮਾਨ ਲੱਗਦੇ ਸਨ। ਬਨਾਰਸ ਦੇ ਚੌਂਕ ਵਿੱਚ ਆਸਣ ਲਗਾ ਕੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ ਤੂੰ ਰਾਗ ਵਜਾ, ਅਸੀਂ ਕੀਰਤਨ ਕਰਾਂਗੇ। ਤਾਂ ਭਾਈ ਮਰਦਾਨਾ ਜੀ ਗੁਰੂ ਜੀ ਦਾ ਹੁਕਮ ਮੰਨ ਕੇ ਰਾਗ ਵਜਾਉਣ ਲੱਗ ਪਏ ਅਤੇ ਗੁਰੂ ਜੀ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਜੀ ਦੇ ਕੀਰਤਨ ਤੋਂ ਉਸ ਚੌਂਕ ਵਿੱਚੋਂ ਲੰਘਦੇ ਕਈ ਸਾਰੇ ਲੋਕ ਬੜੇ ਪ੍ਰਭਾਵਿਤ ਹੋਏ ਅਤੇ ਰਸ ਭਰਿਆ ਕੀਰਤਨ ਸੁਣਨ ਵਾਸਤੇ ਹੌਲੀ ਹੌਲੀ ਉੱਥੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ, ਕਿਉਂਕਿ ਗੁਰੂ ਜੀ ਦਾ ਕੀਰਤਨ ਸੁਣ ਕੇ ਲੋਕਾਂ ਦੇ ਮਨ ਨੂੰ ਸ਼ਾਂਤੀ ਪ੍ਰਤੀਤ ਹੋ ਰਹੀ ਸੀ। ਜਦੋਂ ਇਸ ਗੱਲ ਦਾ ਪਤਾ ਉੱਥੋਂ ਦੇ ਵਿਦਵਾਨ ਪੰਡਿਤਾਂ ਨੂੰ ਲੱਗਾ ਕਿ ਇੱਕ ਬਾਹਰ ਤੋਂ ਆਏ ਸਾਧੂ ਦੇ ਕੀਰਤਨ ਤੋਂ ਲੋਕ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ, ਤਾਂ ਉਹਨਾਂ ਪੰਡਿਤਾਂ ਨੇ ਮਿਲ ਕੇ ਇੱਕ ਸਲਾਹ ਕੀਤੀ ਕਿ ਕਿਵੇਂ ਨਾ ਕਿਵੇਂ ਇਸ ਸਾਧੂ ਨੂੰ ਇੱਥੋਂ ਭਜਾਇਆ ਜਾਵੇ ਅਤੇ ਉਹ ਸਾਰੇ ਜਣੇ ਇਕੱਠੇ ਹੋ ਕੇ ਗੁਰੂ ਜੀ ਦੇ ਕੋਲ ਆ ਗਏ। ਇਹਨਾਂ ਪੰਡਿਤਾਂ ਦਾ ਇੱਕ ਆਗੂ ਸੀ ਜਿਸ ਦਾ ਨਾਮ ਚਤੁਰਦਾਸ ਸੀ ਅਤੇ ਚਤੁਰਦਾਸ ਆਪਣੇ ਆਪ ਨੂੰ ਬਹੁਤ ਚਤੁਰ ਵੀ ਸਮਝਦਾ ਸੀ। ਚਤੁਰਦਾਸ ਗੁਰੂ ਜੀ ਦੇ ਪਾਸ ਆਣ ਕੇ ਕੋਲ ਖੜ੍ਹੇ ਲੋਕਾਂ ਨੂੰ ਆਖਣ ਲੱਗਾ ਕਿ ਤੁਸੀਂ ਜਿਨ੍ਹਾਂ ਦਾ ਕੀਰਤਨ ਸੁਣ ਰਹੇ ਹੋ ਇਹ ਆਪਣੇ ਲਿਬਾਸ ਤੋਂ ਨਾ ਤਾਂ ਕੋਈ ਮੁਸਲਮਾਨ ਫਕੀਰ ਲੱਗਦੇ ਹਨ ਅਤੇ ਨਾ ਹੀ ਕੋਈ ਹਿੰਦੂਆਂ ਦੇ ਸਾਧੂ ਲੱਗਦੇ ਹਨ ਅਤੇ ਨਾ ਹੀ ਇਹਨਾਂ ਦੇ ਹੱਥ ਵਿੱਚ ਕੋਈ ਮਾਲਾ ਹੈ। ਇਹ ਤਾਂ ਇੱਕ ਆਮ ਜਿਹੇ ਇਨਸਾਨ ਹਨ ਅਤੇ ਇੱਕ ਆਮ ਇਨਸਾਨ ਦੇ ਕੀਰਤਨ ਨੂੰ ਸੁਣਨਾ ਬਿਲਕੁਲ ਵਿਅਰਥ ਹੈ। ਪੰਡਿਤ ਚਤੁਰਦਾਸ ਦੀਆਂ ਗੱਲਾਂ ਨੂੰ ਸੁਣ ਕੇ ਗੁਰੂ ਜੀ ਦੇ ਚਿਹਰੇ 'ਤੇ ਮੁਸਕਰਾਹਟ ਆ ਗਈ ਅਤੇ ਉਹਨਾਂ ਨੇ ਪੰਡਿਤ ਨੂੰ ਸਮਝਾਉਂਦਿਆਂ ਹੋਇਆਂ ਉਪਦੇਸ਼ ਦਿੱਤੇ ਕਿ ਤੁਸੀਂ ਜੋ ਧਰਮ ਦਾ ਲਿਬਾਸ ਅਤੇ ਨਿਸ਼ਾਨੀਆਂ ਆਦਿ ਦੱਸਦੇ ਹੋ ਪ੍ਰਭੂ ਦਾ ਨਾਮ ਲੈਣ ਲੱਗਿਆਂ ਇਹ ਸਭ ਵਿਅਰਥ ਹਨ। ਜੇਕਰ ਤੁਸੀਂ ਕਾਮ ਕ੍ਰੋਧ ਮੋਹ ਅਤੇ ਲੋਭ ਨੂੰ ਕਾਬੂ ਵਿੱਚ ਕਰਕੇ ਪ੍ਰਭੂ ਦੀ ਭਗਤੀ ਅਤੇ ਨੇਕ ਕਰਮ ਕਰੋਗੇ ਤਾਂ ਤੁਹਾਨੂੰ ਫਿਰ ਕਿਸੇ ਵੀ ਨਿਸ਼ਾਨੀ ਦੀ ਲੋੜ ਨਹੀਂ ਹੈ। ਜਦੋਂ ਤੁਸੀਂ ਨਾਮ ਜਪੋਗੇ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਪਹਿਰਾਵੇ ਜਾਂ ਫਿਰ ਪੱਥਰ ਨੂੰ ਪੂਜਣ ਦੀ ਲੋੜ ਨਹੀਂ ਪਵੇਗੀ। ਜੇਕਰ ਤੁਸੀਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇੱਕ ਮਨ ਇੱਕ ਚਿੱਤ ਹੋ ਕੇ ਸੇਵਾ ਅਤੇ ਸਿਮਰਨ ਕਰਦੇ ਰਹੋ, ਪ੍ਰਭੂ ਦੀ ਕਿਰਪਾ ਤੁਹਾਡੇ ਉੱਪਰ ਆਪਣੇ ਆਪ ਹੋ ਜਾਵੇਗੀ। ਪੰਡਿਤ ਚਤੁਰਦਾਸ ਗੁਰੂ ਜੀ ਦੇ ਗਿਆਨ ਭਰਪੂਰ ਉਪਦੇਸ਼ਾਂ ਨੂੰ ਸੁਣ ਕੇ ਨਿਹਾਲ ਹੋ ਗਿਆ ਅਤੇ ਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਦਾ ਹੋਇਆ ਬੋਲਿਆ ਕਿ ਮੈਨੂੰ ਹੁਣ ਸਮਝ ਆਇਆ ਹੈ ਕਿ ਤੁਸੀਂ ਕਿਸੇ ਵੀ ਫਿਕਰੇ ਨਾਲ ਸੰਬੰਧਿਤ ਨਹੀਂ ਹੋ, ਬਲਕਿ ਤੁਸੀਂ ਤਾਂ ਆਪ ਹੀ ਪਰਮੇਸ਼ਵਰ ਦਾ ਰੂਪ ਹੋ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਪਦੇਸ਼ਾਂ ਦੇ ਨਾਲ ਬਨਾਰਸ ਦੇ ਪੰਡਿਤਾਂ ਨੂੰ ਨਿਹਾਲ ਕੀਤਾ ਅਤੇ ਜਿੰਨਾ ਚਿਰ ਵੀ ਬਨਾਰਸ ਵਿੱਚ ਰਹੇ ਉਹਨਾਂ ਚਿਰ ਸਭ ਨੂੰ ਨਾਮ ਸਿਮਰਨ ਅਤੇ ਲੋਕ ਭਲਾਈ ਦੇ ਕੰਮ ਕਰਨ ਦਾ ਉਪਦੇਸ਼ ਦਿੰਦੇ ਰਹੇ। ਸਤਿਨਾਮ ਸ਼੍ਰੀ ਵਾਹਿਗੁਰੂ।